ਪਹਿਲਾਂ ਲੈਂਟਰ 'ਚ ਪਾਇਆ ਪਾੜ, ਫਿਰ ਉਸੇ 'ਚ ਹੀ ਫਸ ਗਿਆ ਚੋਰ। ਹਵਾ 'ਚ ਲਟਕਦੀਆਂ ਰਹੀਆਂ ਚੋਰ ਦੀਆਂ ਲੱਤਾਂ। ਦੇਖੋ ਇਹਨਾਂ ਸੀਸੀਟੀਵੀ ਤਸਵੀਰਾਂ ਨੂੰ ਕਿ ਕਿਵੇਂ ਹਵਾ ਦੇ ਵਿੱਚ ਇਹਨਾਂ ਚੋਰ ਦੀਆਂ ਲੱਤਾਂ ਲੰਘ ਰਹੀਆਂ ਨੇ। ਕਰੀਬ ਰਾਤ 2 ਵਜੇ ਇਸ ਦੁਕਾਨ ਦੀ ਛੱਤ 'ਤੇ ਆਉਂਦਾ ਹੈ ਚੋਰ। 2 ਤੋਂ ਲੈ ਕੇ 5 ਵਜੇ ਤੱਕ, ਯਾਨੀ ਕਿ 3 ਘੰਟੇ ਤੱਕ ਛੈਣੀਆਂ ਧੋੜੇ ਨਾਲ ਇਹ ਲੈਂਟਰ ਪਾੜਦਾ ਹੈ। ਲੈਂਟਰ ਤੋੜਦਾ ਹੈ ਕਿ ਬਾਅਦ ਦੇ ਵਿੱਚ ਜਦ ਉਸ ਦੇ ਵਿੱਚੋਂ ਚੋਰ ਨਿਕਲਣ ਲੱਗਦਾ ਹੈ ਤਾਂ ਫਸ ਗਿਆ, ਹਵਾ ਦੇ ਵਿੱਚ ਲਮਕ ਗਿਆ। ਉਸਦਾ ਹੱਥ ਨਹੀਂ ਪਹੁੰਚ ਪਾਇਆ ਥੱਲੇ, ਕਿਉਂਕਿ ਲੈਂਟਰ ਦੇ ਵਿੱਚ ਪਾੜ ਇੰਨਾ ਜ਼ਿਆਦਾ ਨਹੀਂ ਪਿਆ ਸੀ ਕਿ ਪੂਰਾ ਚੋਰ ਲੰਘ ਜਾਵੇ। ਪਰ ਜਿੱਥੋਂ ਤੱਕ ਉਸਦਾ ਹੱਥ ਗਿਆ, ਚੋਰ ਨੇ ਉਹਨਾਂ ਸਮਾਨ ਚੁੱਕਿਆ ਅਤੇ ਰਫੂ ਚੱਕਰ ਹੋ ਗਿਆ, ਕਿਉਂਕਿ 5 ਵਜੇ ਤੋਂ ਬਾਅਦ ਚਾਨਣ ਹੋਣ ਲੱਗ ਗਿਆ ਸੀ, ਦੁਕਾਨਾਂ ਖੁੱਲ੍ਹਣ ਲੱਗ ਗਈਆਂ ਸੀ, ਗੱਡੀਆਂ ਆਉਣ ਲੱਗ ਗਈਆਂ ਸੀ ਸੜਕਾਂ 'ਤੇ, ਤਾਂ ਕਰਕੇ ਚੋਰ ਨੇ ਫਟਾਫਟ ਜੋ ਹੱਥ ਲੱਗਿਆ ਉਹ ਲੈ ਕੇ ਉਹ ਫਰਾਰ ਹੋ ਗਿਆ। ਤਾਂ ਮੋਗਾ ਦੇ ਮਜੈਸਟਿਕ ਰੋਡ ਦੇ ਉੱਤੇ ਸਪੇਅਰ ਪਾਰਟ ਦੀ ਦੁਕਾਨ ਦੀ ਛੱਤ 'ਤੇ ਆਏ ਚੋਰ ਨੇ ਪਹਿਲਾਂ 3 ਤੋਂ 4 ਘੰਟੇ ਲਗਾ ਕੇ ਲੈਂਟਰ ਪਾੜਿਆ, ਫਿਰ ਉਸਦੇ ਥਾਈਂ ਦੁਕਾਨ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਤਾਂ ਹਵਾ ਦੇ ਵਿੱਚ ਲਮਕ ਗਿਆ। ਸੀਸੀਟੀਵੀ ਦੇ ਵਿੱਚ ਚੋਰ ਦੀਆਂ ਲੱਤਾਂ ਕੈਦ ਹੋਈਆਂ ਨੇ। ਦੇਖੋ ਕਿਵੇਂ ਹਵਾ ਦੇ ਵਿੱਚ ਹੀ ਲਮਕਿਆ ਰਿਹਾ। ਫਿਰ ਹਾਰ ਮੰਨ ਕੇ 3 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਜਦ ਅੰਦਰ ਨਹੀਂ ਵੜ ਹੋਇਆ ਤਾਂ ਚੋਰ ਨੇ ਹਾਰ ਮੰਗ ਕੇ 5 ਤੋਂ 10 ਹਜ਼ਾਰ ਰੁਪਏ ਦਾ ਲੋਹਾ ਚੱਕਿਆ ਅਤੇ ਫਰਾਰ ਹੋ ਗਿਆ। ਤਾਂ ਦੇਖੋ ਇਹ ਤਸਵੀਰਾਂ ਜੋ ਮੋਗਾ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਚੋਰ ਚੋਰੀ ਕਰਨ ਦੇ ਵਿੱਚ ਨਾਕਾਮਯਾਬ ਹੋਇਆ ਹੈ। ਮੈਂ ਹਰਵੰਸ ਸਾਲ ਮਿੱਤਲ। ਹਰਵੰਸ ਜੀ, ਕਾਹਦੀ ਦੁਕਾਨ ਆ, ਕਿਵੇਂ ਚੋਰੀ ਹੋਈ? ਸਫੇਰ ਪਾੜ ਦੀ ਦੁਕਾਨ ਹੈ ਜੀ, ਚੋਰੀ ਉੱਪਰੋਂ ਛੱਤ ਪਾੜ ਕੇ ਹੋਈ ਹੈ ਜੀ। ਕਿੱਦਾਂ ਹੋਈ, ਪਤਾ ਕਿਵੇਂ ਲੱਗਾ ਤੁਹਾਨੂੰ? ਇਹ ਸਵੇਰੇ ਆ ਕੇ ਜੋ ਦੁਕਾਨ ਖੋਲ੍ਹੀ ਉਹਦੇ ਪਤਾ ਲੱਗਾ ਜੀ। ਕੀ ਦੇਖਿਆ ਕੀ ਦੇਖਿਆ? ਕੈਮਰੇ ਦੇ ਵਿੱਚ ਪਤਾ ਲੱਗਦਾ ਵੀ ਰਾਤ ਨੂੰ 2 ਵਜੇ ਦੇ ਆ ਕੇ ਸਵੇਰੇ ਤਕਰੀਬਨ 5 ਕੁ ਵਜੇ ਗਏ ਉਹ। ਇਹ ਕੰਧ ਛੱਤ ਪਾੜੀ ਗਈ ਜੀ? ਹਾਂ, ਛੱਤ ਪਾੜੀ ਗਈ ਜੀ। ਕਿੰਨਾ ਕੁ ਨੁਕਸਾਨ ਹੋਇਆ? ਨੁਕਸਾਨ ਤਾਂ 10 ਕੁ ਹਜ਼ਾਰ ਦਾ ਰੁਪਏ ਦਾ ਉੱਪਰੋਂ ਸਮਾਨ ਚੱਕ ਕੇ ਲਗਾਇਆ ਜੀ। ਉਹ ਬੋਰੀ ਭਰ ਕੇ ਥੱਲੇ ਉਤਰਨ ਦੀ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ, ਲੱਤ ਲਮਕਾਈ, ਹੱਥ ਕੈਮਰਾ ਲੱਗਾ ਸਾਡਾ, ਇਸ ਕਰਕੇ ਉਹਦੇ ਵਿੱਚ ਆਇਆ ਅਤੇ ਉਹ ਥੱਲੇ ਉਤਰ ਨਹੀਂ ਪਾਏ। ਪਰ ਦੁਕਾਨ ਦੇ ਬਾਹਰ ਤੁਹਾਡੇ ਚੌਕੀਦਾਰ ਵੀ ਹਰ ਰਾਤ ਨੂੰ ਮੌਜੂਦ ਹੁੰਦਾ? ਹਾਂ, ਚੌਕੀਦਾਰ ਹੁੰਦਾ, ਲੇਕਿਨ ਚੌਕੀਦਾਰ ਇਹ ਪਿਛਲੇ ਪਾਸੇ ਆ ਗਿਆ ਨਾ ਜੀ, ਦੁਕਾਨ ਦਾ 40 ਫੁੱਟ ਪਿੱਛੇ ਹੋ ਗਿਆ, ਇਸ ਨੁੱਕਰ 'ਚ ਆ ਕੇ ਹੋ ਗਿਆ। ਪਹਿਲਾਂ ਉਹਨਾਂ ਨੇ ਪਾੜ ਇੱਧਰਲੇ ਪਾਸੇ ਲਾਉਣ ਦੀ ਕੋਸ਼ਿਸ਼ ਕੀਤੀ, ਇੱਥੇ ਨਹੀਂ ਲੱਗਾ, ਫਿਰ ਇੱਥੇ ਲਾਇਆ। ਪੁਲਿਸ ਨੇ ਇਤਲਾਹ ਦਿੱਤੀ ਜੀ? ਹਾਂ, ਪੁਲਿਸ ਨੂੰ ਇਤਲਾਹ ਦਿੱਤੀ ਹੈ, ਪੁਲਿਸ ਵਾਲੇ ਹੋ ਕੇ ਗਏ। ਵੈਸੇ ਹਾਲ ਬਹੁਤ ਭੈੜਾ ਹੈ, ਪ੍ਰਸ਼ਾਸਨ ਦਾ ਕੋਈ ਇਹਨਾਂ ਦਾ ਕੰਟਰੋਲ ਹੈ ਨਹੀਂ, ਰੋਜ਼ ਹੀ ਕਾਰਵਾਈ ਹੋ ਰਹੀ। ਪਹਿਲਾਂ ਤਾਂ ਚੋਰੀਆਂ ਹੁੰਦੀਆਂ ਸੀ, ਹੁਣ ਪਾੜ ਲੱਗਣ ਲੱਗ ਪਏ।